ਦਿੱਲੀ ਦੇ ਵਿੱਚ ਸਵੱਛ ਭਾਰਤ ਦੀ ਸਵੱਛ ਤਸਵੀਰ ਅਤੇ ਕਿੱਥੋਂ ਕਿੱਥੋਂ ਵਗਦੀ ਹੈ ਇਸ ਦੀ ਨਕਸੀਰ, ਇਹ ਅੱਜ ਕੈਂਪਸ ਜਿਹੜਾ ਇਹ ਤੁਸੀਂ ਦੇਖ ਕੇ ਹੈਰਾਨ ਹੋ ਰਹੇ ਹੋਵੋਗੇ। ਦਿੱਲੀ ਦੇ ਵਿੱਚ ਇੰਨੀ ਹਰਿਆਲੀ, ਕਾਵਾਂ ਦੀ ਕਾਂ ਕਾਂ, ਪੰਛੀਆਂ ਦੀ ਚਾਂ ਚਾਂ, ਬਗਲਿਆਂ ਦੀ ਆਮਦ, ਅਤੇ ਇਹ ਦੇਖੋ ਪੱਤਿਆਂ ਦੀ ਮੰਦਹਾਲੀ, ਅਤੇ ਸਵੱਛ ਭਾਰਤ ਦੀ ਉੱਗੜ ਰਹੀ ਪ੍ਰਣਾਲੀ, ਮੋਦੀ ਜੀ ਦਾ ਸਵੱਛ ਭਾਰਤ ਦਿੱਲੀ ਦੇ ਵਿੱਚ। ਇਹ ਉਹ ਜਗ੍ਹਾ ਜਿੱਥੇ ਮੁੱਖ ਮੰਤਰੀ ਕੇਜਰੀਵਾਲ ਸਾਹਿਬ ਨੇ, ਅਤੇ ਇਹ ਕੈਂਪਸ ਜਿਹੜਾ IIT ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ ਦਾ, ਦੇਖ ਲਓ ਤੁਸੀਂ ਤੁਹਾਡੇ ਸਾਹਮਣੇ। ਇਹ ਇਸ ਵੇਲੇ ਅਸੀਂ IIT ਦੇ ਵਿਜ਼ਟਰ ਪਾਰਕਿੰਗ ਦੇ ਵਿੱਚ ਖੜ੍ਹੇ ਹਾਂ, ਜਿੱਥੇ ਅਨੇਕਾਂ ਗੱਡੀਆਂ ਵਿਜ਼ਟਰਸ ਦੀਆਂ ਆ ਕੇ ਖੜ੍ਹਦੀਆਂ ਨੇ। ਦਿਖਾ ਦਿੰਦੇ ਹਾਂ, ਕੀ ਇਹ ਕੇਜਰੀਵਾਲ ਜੀ ਨੂੰ ਅਤੇ ਮੋਦੀ ਜੀ ਨੂੰ ਆ ਕੇ ਇੱਥੇ ਨਿਗਾਹ ਨਹੀਂ ਕਰਨੀ ਚਾਹੀਦੀ ਕਿ ਕਿੰਨਾ ਕੁ ਸਵੱਛ ਭਾਰਤ ਹੈ? IIT ਜਿਸ ਦਾ ਨਾਮ ਹੈ ਦਿੱਲੀ ਦਾ, IIT ਸੰਸਥਾਨਾਂ ਦਾ, ਭਾਰਤ ਦੇ ਜਿੰਨੇ ਵੀ IIM ਨੇ ਉਹਨਾਂ ਦਾ, ਕੀ ਇਹ ਸਾਰਿਆਂ ਦੀ ਨੁਕਤਾ ਨਿਗਾਹ ਇਹੋ ਜਿਹੀ ਹੋਏਗੀ ਜਾਂ ਕਿਹੋ ਜਿਹੀ ਹੋਏਗੀ? ਇਹ ਤੁਹਾਡੀ ਨਜ਼ਰ ਕਰਨ ਲਈ ਅੱਜ ਇੱਥੇ ਦਾ ਆਉਣ ਦਾ ਉਪਰਾਲਾ ਕੀਤਾ, ਹੀਲਾ ਕੀਤਾ, ਵਸੀਲਾ ਕੀਤਾ, ਅਤੇ ਤੁਸੀਂ ਇਹ ਵੇਖ ਲਓ। ਗੰਦਲੇ ਪਾਣੀ ਦਾ ਵਹਿਣ, ਅਤੇ ਇਹ ਪੰਛੀ ਕਿੱਥੇ ਕਿੱਥੇ ਕਹਿਣ ਕਿ ਇਹ ਕਿਵੇਂ ਅਤੇ ਕਿਸ ਤਰ੍ਹਾਂ ਦੀ ਮੰਜ਼ਰ ਹੈ, ਨਜ਼ਾਰਾ ਹੈ, ਇਹ ਪਿਆਰਾ ਹੈ ਜਾਂ ਨਿਆਰਾ ਹੈ? ਇਹ ਤੁਹਾਨੂੰ ਦਿਖਾ ਦਿੱਤਾ ਗਿਆ। ਇਹ ਕਿਹੋ ਜਿਹੀ ਸਵੱਛ ਤਸਵੀਰ ਭਾਰਤ ਦੀ ਬਣਾਈ ਹੈ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਸਾਹਿਬ ਨੇ, ਅਤੇ ਭਾਰਤ ਦੇ ਪ੍ਰਧਾਨ ਮੰਤਰੀ ਜੀ ਨੇ ਸਿਰਫ ਨਾਅਰੇ ਦਿੱਤਾ ਸਵੱਛ ਭਾਰਤ ਦਾ, ਆ ਕੇ ਕੋਈ ਕੰਮ ਕਰਨ ਦਾ ਯਤਨ ਕੀਤਾ ਜਾਂ ਨਹੀਂ ਕੀਤਾ, ਇਹ ਤੁਹਾਡੇ ਤਾਈਂ ਦੱਸਣ ਦਾ ਇੱਕ ਛੋਟਾ ਜਿਹਾ ਨਿਮਾਣਾ ਜਿਹਾ ਯਤਨ ਕੀਤਾ ਗਿਆ। ਗੱਲਾਂ ਇੰਨੀਆਂ ਕੁ ਤੁਹਾਡੇ ਨਾਲ, ਅਤੇ ਸਵੱਛ ਭਾਰਤ ਦੀ ਤਸਵੀਰ ਦੇ ਨਾਲ ਜਗਮੋਹਨ ਸਿੰਘ ਪੱਟੀ ਐਡਵੋਕੇਟ YouTube ਚੈਨਲ ਦੀ ਇਸ ਪੇਟ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ, ਸਬਸਕ੍ਰਾਈਬ ਕਰ ਦੇਣਾ, ਅਤੇ ਹੋਰ ਤਾਂ ਹੋਰ ਇਹ ਜ਼ਰੂਰ PMO ਆਫਿਸ ਤੱਕ ਵੀ ਭੇਜ ਦੇਣਾ ਕਿ ਆਹ ਦੇਖੋ ਸਵੱਛ ਭਾਰਤ ਦੀ ਤਸਵੀਰ, ਜੇ ਤੁਹਾਡੀ ਦਿੱਲੀ ਦੇ ਵਿੱਚ ਕੈਪੀਟਲ ਦੇ ਵਿੱਚ IIT ਇੰਸਟੀਚਿਊਟ ਦੇ ਵਿੱਚ ਇਹ ਹਾਲ ਹੈ, ਤਾਂ ਫਿਰ ਕੀ ਕਮਾਲ ਹੈ ਸਵੱਛ ਭਾਰਤ ਦਾ। ਅਤੇ ਕਰਦੇ ਹਾਂ, ਸਤਿ ਸ਼੍ਰੀ ਅਕਾਲ।